ਕੈਮਰਾ ਅੱਖਾਂ ਨੀਵੀਆਂ ਕਰ ਤੂੰ ਕੈਮਰਾ ਬੰਦ ਕਰ ਮੈਂ ਤੈਨੂੰ ਕਿ ਅੱਖਾਂ ਨੀਵੀਆਂ ਕਰ ਅੱਖਾਂ ਨਾ ਨੀਵੀਆਂ ਕਰੋ ਛੇਤੀ ਕਰੋ ਇਹ ਕੀ ਇਹ ਜੀ ਉਹ ਬੱਚਾ ਹੈ ਕਿ ਜਿਹਨੂੰ ਅੱਲਾ ਪਾਕ ਨੇ ਬਹੁਤ ਇੱਜ਼ਤ ਦਿੱਤੀ ਹੈ ਇੱਕ ਵਾਇਰਲ ਕਰ ਦਿੱਤਾ ਇਹਨੂੰ ਇਹ ਅੱਲਾ ਪਾਕ ਦੀਆਂ ਸ਼ਾਨਾਂ ਨੇ ਉਹ ਜਿਹਨੂੰ ਚਾਹੇ ਇੱਜ਼ਤ ਦੇਵੇ ਤੇ ਜਿਹਨੂੰ ਚਾਹੇ ਜ਼ਲਤ ਦੇਵੇ ਲੇਕਿਨ ਤੁਹਾਨੂੰ ਪਤਾ ਹੈ ਕਿ ਇਸ ਬੱਚੇ ਨੂੰ ਕਿਸ ਤਰੀਕੇ ਨਾਲ ਲੋਕੀ ਜਿਹੜਾ ਨਾ ਖਾਰ ਰੇ ਨੇ ਨਹੀਂ ਨਾ ਪਤਾ ਮੈਂ ਤੁਹਾਨੂੰ ਦੱਸਣਾ ਹੁੰਦਾ ਵਾਲਾ ਕੀ ਹੈ ਕਿ ਇਹ ਨਾਲ ਤੁਸੀਂ ਜਰੀਆਂ ਨੇ ਫੁਟੇਜ ਵੇਖੀ ਜਾਓ ਤੁਸੀਂ ਇਹ ਲੋਕ ਜਿਹੜੇ ਨੇ ਨਾ ਆਪਣੇ ਕੈਮਰੇ ਚੁੱਕਦੇ ਨੇ ਤੇ ਮੂੰਹ ਚੁੱਕੇ ਤੇ ਤੁਰ ਪਏ ਉਧਰ ਜਿਹੜਾ ਵੀ ਬੰਦਾ ਵਾਇਰਲ ਹੁੰਦਾ ਹੈ ਨਾ ਉਹਦੇ ਪਿੱਛੇ ਦੌੜ ਲਾ ਦੇਣੀ ਹੈ ਇਹਨਾਂ ਲੋਕਾਂ ਨੇ ਕੰਬਰ ਕੱਸ ਕੇ ਤੇ ਨਿਕਲ ਪਾਣੇ ਕੈਮਰੇ ਚੁੱਕਣੇ ਨੇ ਚਲੋ ਜੀ ਚੱਲੀਏ ਵੀਡੀਓ ਬਣਾਈਏ ਕਿਸ ਵਾਸਤੇ ਵਾਲਾ ਸਿਰਫ ਆਪਣੇ ਫਾਇਦੇ ਵਾਸਤੇ ਇਹਨਾਂ ਲੋਕਾਂ ਨੇ ਉਸ ਗਰੀਬ ਬੱਚੇ ਦੀਆਂ ਵੀਡੀਓਜ਼ ਬਣਾ ਬਣਾ ਕੇ ਨਾ ਤੇ YouTube ਤੇ ਅਪਲੋਡ ਕਰਨੀਆਂ ਤੇ ਡਾਲਰਸ ਕਮਾਣੇ ਇਹਨਾਂ ਲੱਖਾਂ ਲੋਕਾਂ ਪੈਸੇ ਕਮਾ ਰਹੇ ਨੇ ਤੇ ਕਮਾਉਂਦੇ ਨੇ ਤੇ ਠੀਕ ਹੈ ਲੇਕਿਨ ਅੱਜ ਮੈਂ ਤੇ ਸ਼ਾਇਦ ਵੀਡੀਓ ਨਾ ਬਣਾਉਂਦਾ ਠੀਕ ਹੈ ਲੇਕਿਨ ਅੱਜ ਮੈਂ ਇੱਕ ਐਸੀ ਵੀਡੀਓ ਵੇਖੀ ਏ ਕਿ ਆ ਤੁਸੀਂ ਵੇਖ ਰਹੇ ਹੋ ਨਾ ਦੀ ਜਿਹਦੇ ਵਿੱਚ ਮੈਂ ਇਹਦੇ ਵਾਲਦ ਸਾਹਿਬ ਦੇ ਜਿਹੜੀਆਂ ਉਹ ਗੱਲਾਂ ਬਾਤਾਂ ਜਿਹੜੀਆਂ ਸੁਣੀਆਂ ਨੇ ਤੇ ਮੇਰਾ ਦਿਲ ਬਹੁਤ ਟੁੱਟਿਆ ਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਮੈਂ ਠੀਕ ਹੈ ਇਹਨਾਂ ਲੋਕਾਂ ਦੀ ਜਿਹੜੇ ਮੂੰਹ ਚੁੱਕ ਕੇ ਕੈਮਰੇ ਲੈਂਦੇ ਨੇ ਤੇ ਤੁਰ ਜਾਂਦੇ ਨੇ ਨਾ ਵੀਡੀਓ ਬਣਾਣ ਇਹ ਉਹਨਾਂ ਦੀ ਅਸਲੀਅਤ ਸਿਰਫ ਤੁਹਾਨੂੰ ਬਖਾ ਰਿਹਾ ਵਾਂ ਤੇ ਜਿਹੜੀ ਮੈਂ تنਕੀਦ ਕਰ ਰਿਹਾ ਇਹ تنਕੀਦ ਬਰਾਏ ਇਸਲਾ ਮੇਰਾ ਮਕਸਦ ਕਿਸੇ ਕਿਸੇ ਨਾਲ ਕੋਈ ਜ਼ਾਤੀ ਮੇਰੀ ਰੰਜਿਸ਼ ਨਹੀਂ ਹੈ ਨਾ ਕੋਈ ਧਾਵਾ ਤੇ ਸਿਰਫ ਮੈਂ ਇਹ ਚਾਹਨਾ ਕਿ ਯਾਰ ਤੁਸੀਂ ਉਸ ਬੱਚੇ ਬੱਚੇ ਤੱਕ ਜਾਂਦੇ ਹੋ ਨਾ ਤੇ ਕਮਜ਼ ਕਮ ਤੁਸੀਂ ਉਹਦੇ ਵਾਸਤੇ ਕੀ ਕਰ ਸਕਦੇ ਹੋ ਉਹ ਗੱਲਾਂ ਕੁਝ ਮੈਂ ਬਿਆਨ ਕਰਾਂਗਾ ਤੇ ਬਾਕੀ ਇਹਨਾਂ ਲੋਕਾਂ ਦਾ ਜਿਹੜਾ ਪਰਦਾ ਫਾਸ਼ ਕਰਾਂਗਾ ਕਿ ਕੀ ਕਰਦੇ ਨੇ ਉਹਦੇ ਨਾਲ ਠੀਕ ਹੈ ਹੁੰਦਾ ਇਸ ਤਰ੍ਹਾਂ ਕਿ ਜਦੋਂ ਕੈਮਰੇ ਲੈ ਕੇ ਜਾਂਦੇ ਨੇ ਆਪਣੀ ਵੀਡੀਓ ਅਪਲੋਡ ਕਰਨੀ ਹੈ ਇਹਨਾਂ ਨੂੰ ਹਜ਼ਾਰਾਂ ਇਹਨਾਂ ਲੱਖਾਂ ਇਹਨਾਂ ਵਿਊਜ਼ ਲੈਣੇ ਨੇ ਉਹਨਾਂ ਲੱਖਾਂ ਵੀਊ ਤੇ ਨਾਲ ਹਜ਼ਾਰਾਂ ਡਾਲਰ ਕਮਾਣੇ ਨੇ ਸਹੀ ਹੈ ਲੇਕਿਨ ਉਸ ਬੱਚੇ ਨੂੰ ਜਦੋਂ ਮਿਲ ਕੇ ਆਉਣਾ ਵੀਡੀਓਜ਼ ਬਣਾਉਣੇ ਤੋਂ ਉਹਨੂੰ ਵਾਲਾ ਕੀ ਆਂਦੇ ਨੇ ਪੇ ਕਿ ਤੈਨੂੰ ਅਸੀਂ ਮਸ਼ਹੂਰ ਕਰ ਰਹੇ ਹਾਂ ਤੂੰ ਵੀਡੀਓ ਤੋਂ ਸਾਨੂੰ ਰੋਕਿਆ ਨਾ ਕਰ ਤੈਨੂੰ ਅਸੀਂ ਵਾਇਰਲ ਕਰ ਰਹੇ ਹਾਂ ਉਹ ਖੁਦਾ ਦੇ ਬੰਦੇਓ ਇਹ ਦੱਸੋ ਕਿ ਜਦੋਂ ਵਾਇਰਲ ਨਹੀਂ ਸੀ ਜਦੋਂ ਵਾਇਰਲ ਨਹੀਂ ਉਹ ਤਾਂ ਤੁਸੀਂ ਜਾਣਦੇ ਹੋਦ ਵੱਲ ਜਾਂ ਅਸੀਂ ਤੁਸੀਂ ਜਾਣਦੇ ਸਾਂ ਹੈ ਵਾਇਰਲ ਕਰਨ ਵਾਲੀ ਅੱਲਾ ਦੀ ਜ਼ਾਦ ਹੁੰਦੀ ਹੈ ਤੁਸੀਂ ਮੇਰੇ ਸਾਹਮਣੇ ਲਿਆ ਕੇ ਕੈਮਰਾ ਰੱਖਦੇ ਹੋ ਹਾਂ ਵਾਲਾ ਮੈਂ ਵਾਇਰਲ ਹੋ ਜਾਾਂਗਾ ਜੇ ਮੈਨੂੰ ਕੋਈ ਬੋਲਣਾ ਨਹੀਂ ਆਏਗਾ ਜੇ ਰੱਬ ਮੇਰੇ ਤੇ ਮਿਹਰ ਨਹੀਂ ਕਰੇਗਾ ਕੋਈ ਐਸੀ ਅਲਫਾਜ਼ ਕੋਈ ਐਸੀ ਚੀਜ਼ ਮੇਰੇ ਅੰਦਰੋਂ ਨਹੀਂ ਰੱਬ ਕੱਢੇਗਾ ਤੇ ਲੋਕੋ ਜਿਹੜੀ ਲੋਕਾਂ ਨੂੰ ਪਸੰਦ ਆਏਗੀ ਤੇ ਮੈਂ ਕਿਵੇਂ ਵਾਇਰਲ ਹੋ ਜਾਵਾਂਗਾ ਵਾਇਰਲ ਉਹਨੂੰ ਕਰਨਾ ਅੱਲਾਹ ਦੀ ਜ਼ਾਤ ਨੇ ਕੀਤਾ ਤੁਸੀਂ ਨਹੀਂ ਕੀਤਾ ਤੁਸੀਂ ਉਹ ਵਾਇਰਲ ਹੋਇਆ ਤੇ ਮੂੰਹ ਚੁੱਕ ਕੇ ਭੱਜ ਪਏਓ ਲੇਕਿਨ ਤੁਹਾਡਾ ਹੱਕ ਕਿ ਬਣਦਾ ਹੈ ਕਿ ਤੁਸੀਂ ਉਹਦੀ ਵੀਡੀਓ ਬਣਾਉਂਦੇ ਜਿੱਥੇ ਹਜ਼ਾਰਾਂ ਡਾਲਰ ਤੁਸੀਂ ਕਮਾਣੇ ਨੇ ਨਾ ਉਹਨੂੰ ਚੰਦ ਹਜ਼ਾਰ ਦੇ ਕੇ ਤੁਸੀਂ ਜਨਾਬੇ ਅਲੀ ਇਹ ਤੁਹਾਡਾ ਤੁਹਾਡਾ ਫਰਜ਼ ਹੈ ਉਹਨੂੰ ਦੋ ਤੁਸੀਂ ਕਿਉਂਕਿ ਉਸ ਬੱਚੇ ਦੀ ਵਜ੍ਹਾ ਤੋਂ ਸ਼ਾਨ ਅਲੀ ਦੀ ਵਜ੍ਹਾ ਤੋਂ ਤੁਸੀਂ ਹਜ਼ਾਰਾਂ ਡਾਲਰ ਕਮਾਣੇ ਨੇ ਲੇਕਿਨ ਨਹੀਂ ਇੰਨਾ ਜ਼ਰਫ ਨਹੀਂ ਆ ਤੁਹਾਡੇ ਵਿੱਚ ਕੀ ਆਂਦੇ ਨੇ ਕਿ ਜਿੰਨਾ ਬੰਦਾ ਉੱਚਾ ਹੁੰਦਾ ਜਾਂਦਾ ਨਾ ਠੀਕ ਹੈ ਜਿੰਨਾ ਉੱਚਾ ਉਨਾ ਹੀ ਲੋਚਾ ਵੱਡੇ ਵੱਡੇ YouTube ਦੇ ਚੈਨਲ ਜਿਹੜੇ ਜਾ ਰਹੇ ਨੇ ਤੋਂ ਉਸ ਗਰੀਬ ਤੇ 1 ਰੁਪਿਆ ਉਹਨੂੰ ਖਰਚ ਨਹੀਂ ਕਰ ਰਹੇ ਉਹਨੂੰ ਨਹੀਂ ਲਾ ਰਹੇ ਪਤਾ ਹੈ ਉਹਨੂੰ ਕੀ ਬਿਮਾਰੀ ਲੱਗੀ ਹੈ ਦੁਨੀਆ ਦੀ ਖਤਰਨਾਕ ਬਿਮਾਰੀਆਂ ਨੇ ਲੱਗੀ ਹੈ ਥੈਲੇਸੀਮੀ ਜਿੱਤੇ ਉਹਨੂੰ ਨਵਾਂ ਖੂਨ ਲੱਗਦਾ ਰਹਿੰਦਾ ਖੂਨ ਦੀ ਕਮੀ ਹੋ ਜਾਂਦੀ ਹੈ ਅੱਜ ਮੈਂ ਉਹਦੀ ਇਸ ਤਰੀਕ ਵਿੱਚ ਉਹਦੀ ਵੀਡੀਓ ਵੇਖ ਰਿਹਾ ਹਾਂ ਕਿ ਜਿੱਤੇ ਵਿੱਚ ਉਹਦਾ ਬਾਪ ਕਹਿ ਰਿਹਾ ਕਿ ਬੱਚੇ ਦੇ ਵੇਖੋ ਸ਼ਾਨ ਦੀ ਕਿਵੇਂ ਜਿਹੜੇ ਨਾ ਉਹਦਾ ਰੰਗ ਪਿਹੜਾ ਪੈ ਗਿਆ ਉਹਨੂੰ ਖੂਨ ਲੱਗਣ ਵਾਲਾ ਹੋਇਆ ਲੇਕਿਨ ਪੈਸੇ ਨਹੀਂ ਹੈ ਉਹ ਖੁਦ ਵਿਚਾਰਾ ਬਿਮਾਰ ਹੈ ਉਤੋਂ ਫਿਰ ਸ਼ਾਨ ਜਿਹੜਾ ਇਹ ਇਹ ਪਿੰਜਰੇ ਬਣਾ ਕੇ ਤੇ ਆਪਣਾ ਘਰ ਦਾ ਇਨਜ਼ਾਮ पे ਚਲਾਉਂਦੇ ਨੇ ਜਿਹਦੇ ਵਿੱਚ ਉਹ 2-300 ਰੁਪਏ ਰੋਜ਼ ਦਾ ਕਮਾਣਾ ਦੱਸੋ ਉਹਦੇ ਚੋ ਦਵਾਈਆਂ ਪੂਰੀਆਂ ਕਰ ਸਕਦੇ ਜਾਂ ਕਿ ਉਹ ਖੂਨ ਨਵਾਂ ਲਵਾ ਸਕਦੇ ਨੇ ਫਿਰ ਉਹਦੇ ਵਾਲਦ ਨੇ ਜਿਹੜੇ ਅਲਫਾਜ਼ ਕਹੇ ਯਕੀਨ ਕਰੋ ਉਹਨੇ ਮੇਰਾ ਦਿਲ ਤੋੜ ਦਿੱਤਾ ਜਿੱਥੋਂ ਮੈਂ ਵੀਡੀਓ ਬਣਾ ਰਿਹਾ ਹਾਂ ਉਹਨੇ ਕਿਹਾ ਜੀ ਬਾਹਰ ਅਮਰੀਕਾ ਤਾਂ ਜਿਹੜੇ ਲੋਕ ਨੇ ਸਾਡਾ ਫੋਨ ਨੰਬਰ ਲੈ ਕੇ ਤੇ ਕਹਿੰਦੇ ਨੇ ਤੁਹਾਡੇ ਬੱਚਾ ਜੀ ਬਹੁਤ ਨੇ ਸਾਨੂੰ ਹਸਾਇਆ ਬਹੁਤ ਸੋਹਣਾ ਕੰਮ ਕਰ ਰਾਇਆ ਸੀ ਇਹਦੇ ਬੜੇ ਫੈਨ ਹੋ ਗਏ ਆ ਅਸੀਂ ਇਹਦੀ ਮਦਦ ਕਰਾਂਗੇ ਪੈਸੇ ਭੇਜਾਂਗੇ ਲੇਕਿਨ ਉਹਨਾਂ ਨੇ ਕਿਹਾ ਇੰਨੀ ਧੀਰ ਹੋ ਗਿਆ ਅਜੇ ਤੱਕ ਕਿਸੇ ਨੇ 1 ਡਾਲਰ ਇੱਕ ਪੈਸਾ ਨਹੀਂ ਭੇਜਿਆ ਪਾਕਿਸਤਾਨ ਚ ਕੁਝ ਲੋਕਾਂ ਨੇ ਉਹਨਾਂ ਨੇ ਕਿਹਾ ਵਾਲਦ ਸਾਹਿਬ ਦੇ ਉਹਨਾਂ ਦੇ ਜਿਹੜੇ ਵਾਲਦ ਨੇ ਨਾ ਬੱਚੇ ਦੇ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਚ ਕੁਝ ਲੋਕਾਂ ਨੇ 2 2 3 300 ਰੁਪਿਆ ਭੇਜਿਆ ਇਹ ਡੋਮਰਨ ਦਾ ਮਕਾਮ ਨਹੀਂ ਸਾਡੇ ਵਾਸਤੇ ਕਿ ਯਾਰ ਐਸੀ ਕਰੋੜਾਂ ਰੁਪਏ ਆਪਣੇ ਆਪ ਤੇ ਜ਼ਾਇਆ ਕਰ ਲਈਦੇ ਆਪਣੇ ਬੱਚਿਆਂ ਤੇ ਆਪਣੇ ਤੇ ਸਾਰਾ ਕੁਝ ਕਰ ਲਈਦਾ ਜੇ ਤੁਸੀਂ ਉਸ ਬੱਚੇ ਦੇ ਫੈਨ ਹੋ ਗਏ ਹੋ ਤੇ ਤੁਸੀਂ ਉਹਨੂੰ ਕੁਝ ਨਹੀਂ ਉਹਦੇ ਵਾਸਤੇ ਕਰ ਸਕਦੇ ਮੈਂ ਤੇ ਰਿਕੁਐਸਟ ਕਰਾਂਗਾ ਹਕੂਮਤ ਅੱਗੇ ਵਜ਼ੀਰ ਆਜ਼ਮ ਅੱਗੇ ਕਿ ਯਾਰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਉਹਨਾਂ ਨੂੰ ਦੇਖੋ ਅੱਲਾ ਪਾਕ ਨੇ ਕਿਸੇ ਬੱਚੇ ਨੂੰ ਜਿਹੜਾ ਨਾ ਫੇਮਸ ਕੀਤਾ ਹੈ ਸ਼ਾਇਦ ਉਹਦੀ ਮਦਦ ਕਰਨ ਵਾਸਤੇ ਅੱਲਾ ਪਾਕ ਤੇ ਰਸਤੇ ਹਮਵਾਰ ਕਰਦਾ ਹੈ ਨਾ ਠੀਕ ਹੈ ਲੇਕਿਨ ਇਨਸਾਨ ਸਾਡੇ ਵਾਸਤੇ ਸਭਾ ਕੇ ਲਮਹਾਂ ਫਿਕਰੀ ਹੈ ਕਿ ਅਸੀਂ ਵੀਡੀਓ ਬਣਾਣੇ ਆ ਤੇ ਬਣਾ ਕੇ ਜਨਾਬੇ ਕੰਡ ਕਰ ਕੋ ਤੋਨੂੰ ਕਹਿ ਜੰਨੇ ਆ ਅਸੀਂ ਤੈਨੂੰ ਵਾਇਰਲ ਕਰਨ ਦੇ ਆ ਮਸ਼ਹੂਰ ਕਰਨ ਦੇ ਆ ਮੇਰਾ ਜੀਦ ਕਰਦਾ ਤੁਹਾਨੂੰ ਜਿਹੜਾ ਹੈ ਨਾ ਮੈਂ ਕੀ ਆਖਾਂ ਹੁਣ ਇਹੋ ਜੀ ਤੁਸੀਂ ਗੰਦੀ ਜ਼ਹਿਨੀयत ਲੈ ਕੇ ਜਾਂਦੇ ਸਿਰਫ ਆਪਣੇ ਵਾਸਤੇ ਯਾਰ ਹਰ ਵੇਲੇ ਆਪਣਾ ਫਾਇਦਾ ਨਹੀਂ ਚੰਗਾ ਹੁੰਦਾ ਜੇ ਤੁਸੀਂ ਮੇਰੀ ਗੱਲ ਸੁਣੋ ਜੇ ਤੁਸੀਂ ਲੱਖਾਂ ਰੁਪਈਆ ਇਸ ਵੀਡੀਓ ਤੋਂ ਕਮਾ ਲੋਗੇ ਤੇ ਜੇ ਉਹਨੂੰ ਚੰਦ ਹਜ਼ਾਰ ਤੁਸੀਂ ਦੇ ਦੋਗੇ ਤੇ ਮਰ ਚਲੇਓ ਤੁਸੀਂ ਜਾਂ ਤੁਹਾਡੇ ਚੈਨਲ ਤੇ ਤੁਹਾਡੀ ਕਮਾਈ 'ਚ ਕੋਈ ਫਰਕ ਪੈ ਚੱਲਿਆ ਬੇਸ਼ਮਾਰ ਬੀਬੀਆਂ ਬੰਦੇ ਜਾ ਰਹੇ ਨੇ ਸਿਰਫ ਕੀ ਏ ਕਿ ਉਹ ਵਾਇਰਲ ਐ ਆਸੇਰੇ ਤੇ ਚਲੋ ਯਾਰ ਕੀ ਆਂਦੇ ਨੇ ਬੈਂਦੀ ਗੰਗਾ ਵਿੱਚ ਅਸੀਂ ਵੀ ਇੱਕ ਲੋਟਾ ਭਰ ਲਈਏ ਪਾਣੀ ਦਾ ਮੇਰੀ ਵੀਡੀਓ ਨੂੰ ਤੁਸੀਂ ਕਿਉਂਕਿ ਮੈਂ ਇੰਟਰਵਿਊ ਕਰਨ ਨਹੀਂ ਗਿਆ ਨਾ ਮੇਰੀ ਵੀਡੀਓ ਕਿਸੇ ਨੇ ਨਹੀਂ ਵੇਖਣੀ ਹੈ ਲੇਕਿਨ ਮੈਂ ਚਾਹਨਾ ਵਾਂ ਕਿ ਜਿਵੇਂ ਉਹ ਮਾਈ ਸੀ ਨਾ ਇੱਕ ਜਦੋਂ حضرت ਯੂਸਫ ਅਲੈ ਸਲਾਮ ਦੀ ਬੋਲੀ ਮਿਸਰ ਵਿੱਚ ਲੱਗ ਰਹੀ ਸੀ ਤੇ ਉਹ ਯੂਸਫ ਅਲੈ ਸਲਾਮ ਨੂੰ ਖਰੀਦਣ ਵਾਸਤੇ ਇੱਕ ਸੂਤਰ ਦੀ ੱਟੀ ਲੈ ਕੇ ਆ ਗਈ ਤੋਨੇ ਕਿਹਾ ਮਾਈ ਕਿੱਥੇ ਬੋਲੀ ਲਗਣੀ ਤੇ ਤੂੰ ਕੀ ਲੈ ਕੇ ਆ ਗਈ ਉਨਕੇ ਚਲੋ ਕਿਆਮਤ ਵਾਲੇ ਤੇ ਮੇਰਾ ਵੀ ਤੇ ਨਾਮ ਵਿੱਚ ਹੋਏਗਾ ਯੂਸਫ ਦੇ ਖਰੀਦਦਾਰਾਂ ਵਿੱਚ ਠੀਕ ਹੈ ਇਸ ਵਾਸਤੇ ਮੈਂ ਵੀਡੀਓ ਸਿਰਫ ਸਮਝਾਉਣ ਵਾਸਤੇ ਬਣਾ ਰਿਹਾ ਖੁਦਾ ਦੀ ਬੰਦੇਓ ਜੇ ਅਗਰ ਜਿੱਥੋਂ ਮੇਰੀ ਵੀਡੀਓ ਜਿੱਦੇ ਜਿੱਦੇ ਕੋਲ ਵੀ ਜਾਂਦੀ ਏ ਤੁਹਾਡੀ ਮਿਹਰਬਾਨੀ ਅੱਗੇ ਸ਼ੇਅਰ ਕਰੋ ਇਹਨਾਂ ਲੋਕਾਂ ਨੂੰ ਪੈਗਾਮ ਪਹੁੰਚਾਓ ਕਿ ਜਿੱਥੇ ਉਹਦੀ ਵੀਡੀਓ ਬਣਾ ਕੇ ਤੁਸੀਂ ਹਜ਼ਾਰਾਂ ਡਾਲਰ ਕਮਾਣੇ ਨੇ ਯਾਰ ਉਹਦਾ ਹੱਕ ਬੰਦਾ ਤੁਸੀਂ ਦਿਓ ਹੁਣ ਕੋਈ ਆਸਾਨ ਨਹੀਂ ਕਰਨਾ ਬਲਕਿ ਉਹਦਾ ਐਸਾਨ ਤੁਹਾਡੇ ਤੇ ਹੋਣਾ ਕਿ ਉਹਦੀ ਵਜ੍ਹਾ ਤੋਂ ਤੁਹਾਡੇ ਤੁਹਾਡਾ ਚੈਨਲ ਗਰੋ ਕਰਨਾ ਹੈ ਤੁਹਾਨੂੰ ਪੈਸੇ ਆਉਣੇ ਨੇ ਉਲਟਾ ਤੁਸੀਂ ਉੱਥੇ ਖਲੋ ਕੇ ਉਹਨਾਂ ਦੇ ਵਿੱਚ ਹੀ ਕਹਿ ਜਾਂਦੇ ਅਸੀਂ ਤੁਹਾਨੂੰ ਮਸ਼ਹੂਰ ਨਹੀਂ ਕਰ ਰਹੇ ਵੀਡੀਓ ਬਣਾਉਣ ਤੋਂ ਨਾ ਰੋਕ ਤੁਸੀਂ ਕੌਣ ਹੁੰਦੇ ਹੋ ਮਸ਼ਹੂਰ ਕਰਨ ਵਾਲੇ ਮਸ਼ਹੂਰ ਕਰਨ ਵਾਲੀ ਸਾਡੀ ਅੱਲਾਹ ਦੀ ਜ਼ਾਤ ਹੈ ਲੇਕਿਨ ਤੁਹਾਡਾ ਹੱਕ ਜ਼ਰੂਰ ਬਣਦਾ ਹੈ ਅਗਰ ਤੁਸੀਂ ਉਹਨਾਂ ਦਾ ਹੱਕ ਖਾਦਾ ਉਹਦਾ ਤੇ ਬਰੋਜ਼ੇ ਕਿਆਮਤ ਤੁਹਾਡਾ ਗਿਰੇਬਾਨ ਹੋਏਗਾ ਤੇ ਉਹਦਾ ਹੱਥ ਹੋਏਗਾ ਇਹਨਾਂ ਚੀਜ਼ਾਂ ਨੂੰ ਯਾਦ ਰੱਖਿਆ ਕਰੋ ਸਿਰਫ ਪੈਸਾ ਕਮਾਉਣਾ ਸਾਰਾ ਚੀਜ਼ ਨਹੀਂ ਹੁੰਦਾ ਪੈਸਾ ਤੇ ਕੰਜਰਾਂ ਕੋਲ ਵੀ ਪੜਾ ਹੁੰਦਾ ਇੱਜ਼ਤ ਵੀ ਕਮਾਇਆ ਕਰੋ ਅੱਲਾਹ ਸੋਹਣੇ ਅੱਗੇ ਜਦੋਂ ਪੈਸਾ ਮੰਗੋ ਆਜ਼ੀ ਵਾਲਾ ਮੰਗੋ ਤੋਦੀ ਅੱਲਾ ਦਿੰਦਾ ਤਾਂ ਉਹਦੀ ਮਖਲੂਤ ਤੇ ਖਰਚ ਵੀ ਕਰਿਆ ਕਰੋ ਤੁਸੀਂ ਕਿਹੜਾ ਪੱਲਿਓਂ ਦੇਣਾ ਉਸ ਦਿੱਤੇ ਜੋ ਦਿੰਦੇ ਹੋ ਨਾ ਠੀਕ ਹੈ ਤੇ ਜਿਹੜੇ ਲੋਕੀ ਰਿਕੁਐਸਟ ਕਰਨਾ ਮੈਂ ਹੱਥ ਬੰਨ ਕੇ ਬੇਨਤੀ ਕਰਨਾ ਕਿ ਜਿਹੜੇ ਲੋਕ ਬਾਹਰ ਬੈਠੇ ਹੋ ਯਾਰੋ ਉਹਦੇ ਬੱਚੇ ਦੀ ਹੈਲਪ ਕਰੋ ਬਲਕਿ ਇਹ ਰੱਬ ਸੋਹਣੀ ਦੀ ਤੁਹਾਡੇ ਤੇ ਮਿਹਰ ਹੋਏਗੀ ਅਗਰ ਤੁਸੀਂ ਉਹਨਾਂ ਦੇ ਕੰਮ ਆ ਜਾਓਗੇ ਸ਼ਾਇਦ ਇਹੋ ਚੀਜ਼ਾਂ ਅਗਲੇ ਜਹਾਨ ਬੇੜਾ ਪਾਰ ਕਰ ਦੇਣ ਤੇ ਜਿਹੜੇ ਯੂਟਿਊਬਰ ਦੌੜਦੇ ਜਾ ਰਹੇ ਨੇ ਉਸ ਬੱਚੇ ਵੱਲ ਖੁਦਾ ਦੇ ਬੰਦੇ ਖੁਦਾ ਤੋਂ ਕੋਤਰ ਸਖਾਓ ਕੁਝ ਆਪਣੇ ਆਪ ਤੇ ਰਹਿਮ ਕਰੋ ਉਹਦੇ ਤੇ ਨਹੀਂ ਆਪਣੇ ਆਪ ਤੇ ਰਹਿਮ ਕਰੋ ਕਿਆਮਤ ਨੂੰ ਜਵਾਬ ਨਹੀਂ ਜੇ ਦੇਣਾ ਆਪਣਾ ਫਾਇਦਾ ਵੇਖ ਕੇ ਤਬਾ ਦੌੜ ਪੈਂਦੀ ਉਹਦਾ ਵੀ ਫਾਇਦਾ ਕਰਕੇ ਆਓ ਫੇਰ ਮਜ਼ਾ ਹੈ ਜੇ ਦਿਲ ਮੰਨੇ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਅੱਗੇ ਜਿੰਨੇ ਵੀ ਯੂਟਿਊਬਰ ਜਾ ਰਹੇ ਨੇ ਸਭ ਤੱਕ ਪਹੁੰਚੇ ਹਕੂਮਤ ਤੱਕ ਪਹੁੰਚੇ ਤਾਂ ਕਿ ਉਸ ਬੱਚੇ ਦਾ ਇਲਾਜ ਹੋਏ ਤੇ ਅੱਲਾਹ ਪਾਕ ਉਹਦੀ ਬਿਮਾਰੀ ਜਿਹੜੀ ਹੈ ਨਾ ਅਸੀਂ ਤੇ ਦੁਆ ਕਰਨੇ ਆ ਕਿ ਮਾਲਕਾ ਉਹਦੀ ਬਿਮਾਰੀ ਦੂਰ ਕਰ ਦੇ ਉਹਨਾਂ ਦੀਆਂ ਪਰੇਸ਼ਾਨੀਆਂ ਮੁਸੀਬਤਾਂ ਤਕਲੀਫਾਂ ਦੂਰ ਕਰ ਦੇ ਆਸਾਨੀਆਂ ਪੈਦਾ ਫਰਮਾ ਅੱਲਾਹ ਪਾਕ ਸਭ ਤੇ ਭਲਾ ਕਰੇ ਕੁੱਲ ਦਾ ਭਲਾ ਕੁੱਲ ਦੀ ਖੈਰ